أعوذ بالله من الشيطان الرجيم. بسم الله الرحمن الرحيم. آمين. اتارنا ایک کتاب دا اللہ زورا بر حکمتہ والے دی طرفوں ضرور اسمانہ تے زمین ویچ بہت پتے نے منن والے لئی تو اڈے پیدا کرن ویچ تے جتنے جانداراں نو پھیلاندا ہے کئی پتے نے یقین کرن والے لئی رات تے دن دے آنے جانے ویچ تے اس ویچ جو اتارے اللہ نے مین اسمانوں سبب رزق دا پھر جوائی اس نال زمین پچھے اس دے مرنے دے تے موسم دی ہواواں بدلنے ویچ کئی پتے نے لوکاں لئی جڑے عقل کردے نے ਇਹ ਗੱਲਾਂ ਅੱਲਾ ਦੀਆਂ ਅਸੀਂ ਇਹ ਪੜ੍ਹਨੇ ਹਾਂ ਤੇਰੇ ਅੱਗੇ ਸਹੀ ਤਰ੍ਹਾਂ ਨਾਲ ਫਿਰ ਅੱਲਾ ਤੇ ਉਹਦੀਆਂ ਗੱਲਾਂ ਦੇ ਪਿੱਛੋਂ ਕਿਹੜੀ ਗੱਲ ਉੱਤੇ ਮਾਨ ਲਿਆਉਣਗੇ ਬੁਰਾ ਹਾਲ ਹੈ ਹਰ ਇੱਕ ਤੂਫਾਨੀ ਪਾਪੀ ਦਾ ਸੁਣਦਾ ਹੈ ਗੱਲਾਂ ਅੱਲਾ ਦੀਆਂ ਪੜ੍ਹੀਆਂ ਜਾਂਦੀਆਂ ਨੇ ਉਹਦੇ ਅੱਗੇ ਫਿਰ ਜ਼ਿੱਦ ਕਰਦਾ ਗਰੂਰ ਕਰਕੇ ਜਿਉਂ ਸੁਣਿਆ ਹੀ ਨਹੀਂ ਸੋ ਖੁਸ਼ਖਬਰੀ ਦੇ ਉਹਨਾਂ ਨੂੰ ਦੁੱਖ ਦੀ ਮਾਰ ਦੀ ਜਦ ਮਲੂਮ ਕਰਦਾ ਸਾਡੀਆਂ ਗੱਲਾਂ ਵਿੱਚੋਂ ਕੋਈ ਗੱਲ ਬਣਾਉਂਦਾ ਉਹਨੂੰ ਮਖੌਲ ਉਹ ਨੇ ਜਿਨ੍ਹਾਂ ਨੂੰ ਪੰਡੀ ਦੀ ਮਾਰ ਹੈ ਪਿੱਛੇ ਉਹਨਾਂ ਦੇ ਦੋਜ਼ਖ ਹੈ ਤੇ ਕੁਝ ਕੰਮ ਨਾ ਆਵੇਗਾ ਉਹਨਾਂ ਦੇ ਜੋ ਖੱਟਿਓ ਨੇ ਤੇ ਨਾ ਜਿਸ ਨੂੰ ਬਣਾਇਆ ਉਹਨੇ ਸਵਾ ਅੱਲਾ ਦੇ ਹਮਾਇਤੀ ਤੇ ਉਹਨਾਂ ਨੂੰ ਬੜੀ ਮਾਰ ਹੈ ਕੁਰਾਨ ਹਦਾਇਤ ਹੈ ਤੇ ਜਿਹਨਾਂ ਨਹੀਂ ਮੰਨੀਆਂ ਗੱਲਾਂ ਆਪਣੇ ਰੱਬ ਦੀਆਂ ਉਹਨਾਂ ਨੂੰ ਦੁੱਖ ਵਾਲੀ ਮਾਰ ਹੈ ਇੱਕ ਬਲਾ ਦੀ ਉਹ ਜਿਸ ਸਮੁੰਦਰ ਤੁਹਾਡੇ ਕਾਬੂ ਕਰਾ ਦਿੱਤਾ ਤਾਂ ਚੱਲਣ ਜਹਾਜ਼ ਉਸ ਵਿੱਚ ਉਹਦੇ ਹੁਕਮ ਨਾਲ ਤੇ ਤਾਂ ਜੋ ਢੂੰਡੋ ਤੁਸੀਂ ਫਜ਼ਲ ਉਹਦਾ ਤੇ ਸ਼ਾਇਦ ਤੁਸੀਂ ਸ਼ੁਕਰ ਕਰੋ ਤੇ ਕੰਮ ਲਗਾਈ ਤੁਹਾਡੇ ਜੋ ਚੀਜ਼ ਹੈ ਅਸਮਾਨਾਂ ਵਿੱਚ ਤੇ ਜੋ ਜ਼ਮੀਨ ਵਿੱਚ ਸਭ ਕੁਛ ਆਪਣੀ ਤਰਫੋਂ ਇਸ ਵਿੱਚ ਜ਼ਰੂਰ ਕਈ ਪਤੇ ਨੇ ਲੋਕਾਂ ਲਈ ਜਿਹੜੇ ਸੋਚਦੇ ਨੇ ਆਖਦੇ ਈਮਾਨ ਵਾਲਿਆਂ ਨੂੰ ਕਿ ਮਾਫ਼ ਕਰਨ ਉਹਨਾਂ ਨੂੰ ਜਿਹੜੇ ਉਮੀਦ ਨਹੀਂ ਰੱਖਦੇ ਅੱਲਾ ਦੇ ਨਾਂ ਦੀ ਤਾਂ ਸੁਦਾ ਦੇ ਇੱਕ ਲੋਕਾਂ ਨੂੰ ਬਦਲੇ ਉਸ ਦੇ ਜੋ ਕਮਾਉਂਦੇ ਸਨ ਜਿਨ ਕੀਤੀ ਨੇਕੀ ਸੋ ਆਪਣੇ ਹੀ ਲਈ ਤੇ ਜਿਨ ਬੁਰਾ ਕੀਤਾ ਸੋ ਉਸੇ ਦੇ ਸਿਰੇ ਫਿਰ ਆਪਣੇ ਰੱਬ ਵੱਲ ਮੋੜੇ ਜਾਓਗੇ ਤੇ ਜ਼ਰੂਰ ਦਿੱਤੀ ਅਸਾਂ ਬਣੀ ਇਸਰਾਇਲ ਨੂੰ ਕਿਤਾਬ ਤੇ ਹੁਕਮ ਤੇ ਪੈਗੰਬਰੀ ਤੇ ਰਿਜ਼ਕ ਦਿੱਤਾ ਅਸਾਂ ਉਹਨਾਂ ਨੂੰ ਸੁਥਰੀਆਂ ਚੀਜ਼ਾਂ ਵਿੱਚੋਂ ਤੇ ਬਜ਼ੁਰਗੀ ਦਿੱਤੀ ਅਸਾਂ ਉਹਨਾਂ ਨੂੰ ਸਾਰੇ ਜੱਗ ਉੱਤੇ ਤੇ ਦਿੱਤੀਆਂ ਅਸਾਂ ਉਹਨਾਂ ਨੂੰ ਰੋਸ਼ਨ ਦਲੀਲਾਂ ਦੀਨ ਦੇ ਕੰਮ ਦੀਆਂ ਫਿਰ ਨਾ ਫੁੱਟ ਪਾਈ ਉਹਨੇ ਪਰ ਪਿੱਛੇ ਉਸ ਦੇ ਜੋ ਆ ਚੁੱਕੀ ਉਹਨਾਂ ਨੂੰ ਸਮਝ ਜਿੱਦ ਕਰਨੇ ਦੇ ਸਬੱਬੋਂ ਆਪੇ ਵਿੱਚ ਤੇਰਾ ਰੱਬ ਜ਼ਰੂਰ ਫੈਸਲਾ ਕਰੇਗਾ ਉਹਨਾਂ ਵਿੱਚ ਦਿਨ ਕਿਆਮਤ ਦੇ ਜਿਸ ਗੱਲ ਵਿੱਚ ਝਗੜਦੇ ਰਹੇ ਨੇ ਐ ਹਬੀਬ ਕਰ ਦਿੱਤਾ ਅਸਾਂ ਤੈਨੂੰ ਕਾਇਮ ਇੱਕ ਖੁੱਲ੍ਹੇ ਰਾਹ ਉੱਤੇ ਦੀਨ ਦੇ ਸੋ ਤੁਰ ਉਸੇ ਉੱਤੇ ਤੇ ਮਗਰ ਨਾ ਤੁਰ ਉਹਨਾਂ ਦੀ ਚਾਹ ਉੱਤੇ ਜਿਹੜੇ ਨਹੀਂ ਜਾਣਦੇ ਉਹ ਜ਼ਰੂਰ ਕੰਮ ਨਾ ਆਉਣਗੇ ਤੇਰੇ ਅੱਲਾ ਦੇ ਸਾਹਮਣੇ ਇੱਕ ਜ਼ਰਾ ਤੇ ਜ਼ਾਲਮ ਜ਼ਰੂਰ ਇੱਕ ਦੂਜੇ ਦੇ ਯਾਰ ਨੇ ਤੇ ਅੱਲਾ ਯਾਰ ਹੈ ਬਚ ਕੇ ਤੁਰਨ ਵਾਲਿਆਂ ਦਾ ਇਹ ਸੋਚ ਦੀਆਂ ਗੱਲਾਂ ਨੇ ਲੋਕਾਂ ਵਾਸਤੇ ਤੇ ਹਦਾਇਤ ਤੇ ਮਿਹਰ ਯਕੀਨ ਕਰਨ ਵਾਲਿਆਂ ਲੋਕਾਂ ਵਾਸਤੇ ਭਲਾ ਗੁਮਾਨ ਕੀਤਾ ਉਹਨਾਂ ਜਿਨ੍ਹਾਂ ਕਮਾਈਆਂ ਨੇ ਬੁਰਿਆਈਆਂ ਭਾਈ ਕਰ ਦਿਆਂਗੇ ਅਸੀਂ ਉਹਨਾਂ ਨੂੰ ਬਰਾਬਰ ਉਹਨਾਂ ਦੇ ਜਿਹਨਾਂ ਮੰਨਿਆ ਤੇ ਕੀਤੀਆਂ ਭਲਿਆਈਆਂ ਇੱਕੋ ਜਿਹਾ ਉਹਨਾਂ ਦਾ ਜਿਉਣਾ ਤੇ ਮਰਨਾ ਕਹਿ ਬੁਰੇ ਦਾਅਵੇ ਨੇ ਜੋ ਕਰਦੇ ਨੇ ਤੇ ਬਣਾਏ ਅੱਲਾ ਨੇ ਆਸਮਾਨ ਤੇ ਜ਼ਮੀਨ ਦਰੁਸਤ ਤਦਬੀਰ ਨਾਲ ਤੇ ਤਾਂ ਜੋ ਬਦਲਾ ਪਾਏ ਹਰ ਕੋਈ ਆਪਣੇ ਕੀਤੇ ਦਾ ਤੇ ਉਹਨਾਂ ਨਾਲ ਧੱਕਾ ਨਾ ਹੋਵੇਗਾ ਭਲਾ ਫਿਰ ਵੇਖਿਆ ਜੇ ਜਿਨ ਬਣਾਇਆ ਮਬੂਦ ਆਪਣਾ ਆਪਣੀ ਚਾਹ ਨੂੰ ਤੇ ਰਾਹ ਭੁਲਾਇਆ ਉਹਨੂੰ ਅੱਲਾ ਨੇ ਭਾਵੇਂ ਉਹ ਇਲਮ ਰੱਖਦਾ ਸੀ ਤੇ ਮੋਹਰ ਲਾ ਦਿੱਤੀ ਉਹਦੇ ਕੰਨ ਤੇ ਦਿਲ ਉੱਤੇ ਤੇ ਕਰ ਦਿੱਤਾ ਉਹਦੀ ਅੱਖ ਉੱਤੇ ਪਰਦਾ ਫਿਰ ਕੌਣ ਰਾਹ ਪਾਏ ਉਹਨੂੰ ਪਿੱਛੇ ਅੱਲਾ ਦੇ ਕਿਉਂ ਫਿਰ ਨਸੀਹਤ ਨਹੀਂ ਪਕੜਦੇ ਉਹ ਆਖਿਓ ਨੇ ਕੋਈ ਜਿਉਣਾ ਨਹੀਂ ਪਰ ਇਹੋ ਜਿਉਣਾ ਸਾਡਾ ਦੁਨੀਆਂ ਦਾ ਮਰ ਜਾਂਦੇ ਹਾਂ ਅਸੀਂ ਤੇ ਜਿਉਂਦੇ ਹਾਂ ਅਸੀਂ ਤੇ ਨਹੀਂ ਮਾਰਦਾ ਸਾਨੂੰ ਪਰ ਆਸਮਾਨ ਦੀ ਗਰਦਿਸ਼ ਤੇ ਨਹੀਂ ਹੋ ਉਹਨਾਂ ਨੂੰ ਇਸ ਗੱਲ ਦੀ ਕੁਝ ਖਬਰ ਨਹੀਂ ਹੋ ਪਰ ਅਟਕਲਾਂ ਦੌੜਾਉਂਦੇ ਨੇ ਤੇ ਜਦ ਪੜ੍ਹੀਆਂ ਜਾਣ ਉਹਨਾਂ ਅੱਗੇ ਸਾਡੀਆਂ ਆਇਤਾਂ ਸਾਫ਼ ਸਾਫ਼ ਨਹੀਂ ਰਹਿੰਦਾ ਝਗੜਾ ਉਹਨਾਂ ਦਾ ਪਰ ਇਹੋ ਜੋ ਆਖਦੇ ਨੇ ਲੈਓ ਸਾਡੇ ਪਿਓ ਦਾਦਿਆਂ ਨੂੰ ਜੇ ਤੁਸੀਂ ਸੱਚੇ ਹੋ ਤੁਸੀਂ ਆਖੋ ਅੱਲਾ ਜਵਾਉਂਦਾ ਹੈ ਤੁਹਾਨੂੰ ਫਿਰ ਮਾਰੇਗਾ ਤੁਹਾਨੂੰ ਫਿਰ ਇਕੱਠਾ ਕਰੇਗਾ ਤੁਹਾਨੂੰ ਦਿਨ ਕਿਆਮਤ ਦੇ ਕੁਛ ਸ਼ੱਕ ਨਹੀਂ ਉਸ ਵਿੱਚ ਪਰ ਬਹੁਤੇ ਲੋਕ ਨਹੀਂ ਜਾਣਦੇ ਅਤੇ ਅੱਲਾ ਹੀ ਦੀ ਬਾਦਸ਼ਾਹੀ ਆਸਮਾਨਾਂ ਅਤੇ ਜ਼ਮੀਨ ਦੀ ਅਤੇ ਜਿਸ ਦਿਨ ਆਵੇਗੀ ਕਿਆਮਤ ਉਸ ਦਿਨ ਘਾਟਾ ਪਾਉਣਗੇ ਝੂਠੇ ਅਤੇ ਉਸ ਵਕਤ ਤੂੰ ਵੇਖੇਂਗਾ ਹਰ ਟੋਲੇ ਨੂੰ ਗੋਡਿਆਂ ਭਰਨੇ ਪਿਆ ਹੋਇਆ ਅੱਜ ਦੀ ਕਰਦੇ ਹਾਂ ਹਰ ਟੋਲੇ ਨੂੰ ਸੱਜਿਆ ਜਾਏਗਾ ਆਪਣੇ ਅਮਲਨਾਮੇ ਵੱਲ ਅੱਜ ਬਦਲਾ ਪਾਓਗੇ ਜੇ ਤੁਸੀਂ ਕਰਦੇ ਸੋ ਇਹ ਲਿਖਿਆ ਹੋਇਆ ਸਾਡਾ ਬੋਲਦਾ ਹੈ ਤੁਸਾਂ ਉੱਤੇ ਠੀਕ ਠੀਕ ਅਸੀਂ ਲਿਖਵਾਉਂਦੇ ਜਾਂਦੇ ਸਾਂ ਜੋ ਤੁਸੀਂ ਕਰਦੇ ਸੋ ਫਿਰ ਜਿਨ੍ਹਾਂ ਨੇ ਮੰਨਿਆ ਤੇ ਕੀਤੀਆਂ ਭਲਿਆਈਆਂ ਸੋ ਉਹਨਾਂ ਨੂੰ ਵਾੜੇਗਾ ਰੱਬ ਉਹਨਾਂ ਦਾ ਆਪਣੀ ਮਿਹਰ ਵਿੱਚ ਇਹੋ ਹੀ ਆ ਮੁਰਾਦ ਪੂਰੀ ਹੋਣੀ ਖੁੱਲ੍ਹੀ ਖੁੱਲ੍ਹੀ ਅਤੇ ਜਿਹੜੇ ਬੇਈਮਾਨ ਹੋ ਗਏ ਉਹਨਾਂ ਨੂੰ ਕਿਹਾ ਜਾਏਗਾ ਕਿਉਂ ਫਿਰ ਨਹੀਂ ਸਨ ਮੇਰੀਆਂ ਆਇਤਾਂ ਪੜ੍ਹੀਆਂ ਜਾਂਦੀਆਂ ਤੁਸਾਂ ਅੱਗੇ ਫਿਰ ਗਰੂਰ ਕੀਤਾ ਜੇ ਅਤੇ ਤੁਸੀਂ ਸੋ ਪਾਪੀ ਲੋਕ ਅਤੇ ਜਦ ਆਖਿਆ ਜਾਂਦਾ ਸੀ ਭਾਈ ਅੱਲਾ ਦਾ ਵਾਅਦਾ ਸੱਚਾ ਹੈ ਅਤੇ ਕਿਆਮਤ ਆਉਣ ਵਿੱਚ ਕੁਝ ਸ਼ੱਕ ਨਹੀਂ ਆਖਦੇ ਸਭ ਅਸੀਂ ਨਹੀਂ ਜਾਣਦੇ ਕੀ ਹੁੰਦੀ ਹੈ ਕਿਆਮਤ ਸਾਡੀ ਜਾਂਚ ਵਿੱਚ ਨਹੀਂ ਆਉਂਦੀ
ਪਰਵਾਹ ਪੈਂਦਾ ਹੈ ਤੇ ਸਾਨੂੰ ਯਕੀਨ ਨਹੀਂ ਆਉਂਦਾ। ਤੇ ਨਜ਼ਰ ਆ ਗਈਆਂ ਉਹਨਾਂ ਨੂੰ ਬੁਰਿਆਈਆਂ ਉਸ ਕੰਮ ਦੀਆਂ ਜੋ ਕੀਤਾ ਸਨ, ਤੇ ਘੇਰ ਲਿਆ ਉਹਨਾਂ ਨੂੰ ਉਸ ਦੀ ਸਜ਼ਾ ਨੇ ਜਿਸ ਦਾ ਮਖੌਲ ਕਰਦੇ ਹੁੰਦੇ ਸਨ। ਤੇ ਹੁਕਮ ਹੋਇਆ ਭਾਈ ਅੱਜ ਅਸੀਂ ਭੁਲਾ ਛੱਡਾਂਗੇ ਤੁਹਾਨੂੰ, ਜਿਵੇਂ ਤੁਸਾਂ ਭੁਲਾ ਛੱਡਿਆ ਸੀ ਮਿਲਣਾ ਆਪਣੇ ਇਸ ਦਿਨ ਦਾ, ਤੇ ਟਿਕਾਣਾ ਤੁਹਾਡਾ ਅੱਗੇ ਤੇ ਨਹੀਂ ਤੁਹਾਡਾ ਕੋਈ ਮਦਦਗਾਰਾਂ ਵਿੱਚੋਂ। ਇਹ ਅਜ਼ਾਬ ਜੇ ਉਸ ਸਬਬੋਂ ਜੋ ਤੁਸਾਂ ਬਣਾਇਆ ਸੀ ਅੱਲਾ ਦੀਆਂ ਗੱਲਾਂ ਨੂੰ ਮਖੌਲ ਤੇ ਧੋਖਾ ਦਿੱਤਾ ਤੁਹਾਨੂੰ ਦੁਨੀਆਂ ਦੇ ਜੀਉਣੇ ਨੇ, ਸੋ ਅੱਜ ਨਾ ਕੱਢੇ ਜਾਣਗੇ ਅੱਗ ਵਿੱਚੋਂ ਤੇ ਨਾ ਉਹਨਾਂ ਤੋਂ ਤੋਬਾ ਮੰਗੀ ਜਾਣੀ ਹੈ। ਸੋ ਅੱਲਾ ਹੀ ਦੀ ਇਹ ਸਭ ਸੋਭਾ ਜੋ ਰੱਬ ਆਸਮਾਨਾਂ ਦਾ ਤੇ ਰੱਬ ਜ਼ਮੀਨ ਦਾ, ਰੱਬ ਸਾਰੇ ਜੱਗ ਦਾ, ਉਸੇ ਦੀ ਵਡਿਆਈ ਆਸਮਾਨਾਂ ਤੇ ਜ਼ਮੀਨ ਵਿੱਚ, ਤੇ ਉਹ ਇਹ ਜ਼ੋਰਾਵਰ ਹਿਕਮਤਾਂ ਵਾਲਾ।